35 ਬਚਨ ਜੇ ਬੇਨਤੀ ਕਰਨੀ ਹੈ ਤਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸਤਿਗੁਰ ਹਨ। 36 ਬਚਨ ਤੁਸੀਂ ਬਾਣੀ ਪੜ੍ਹੋ, ਇਹ ਪਾਪਾਂ ਨੂੰ ਸਾੜ ਦੇਵੇਗੀ ਅਤੇ ਮਨ ਟਿਕ ਜਾਵੇਗਾ। 37 ਬਚਨ ਵਾਹਿਗੁਰੂ ਸ਼ਬਦ ਦਰਗਾਹੀ ਟਿਕਟ ਹੈ ਪਰ ਕਰਮਾਂ ਵਾਲੇ ਲੈਂਦੇ ਹਨ। 38 ਬਚਨ ਸ਼ਾਂਤੀ ਉਦੋਂ ਹੋਵੇਗੀ ਜਦੋਂ ਹਰ ਪ੍ਰਾਣੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਅਤੇ ਨਾਮ ਬਾਣੀ ਵਿੱਚ ਜੁੜੇ। 39 ਬਚਨ ਗੁਰੂ ਨਾਲ ਜੋੜਨ ਵਰਗਾ ਪੁੰਨ ਕੋਈ ਨਹੀਂ ਅਤੇ ਤੋੜਨ ਵਰਗਾ ਪਾਪ ਕੋਈ ਨਹੀਂ। 40 ਬਚਨ ਜਿੰਨਾ ਚਿਰ ਗੁਰੂ ਦੇ ਬਚਨਾਂ 'ਤੇ ਪ੍ਰਤੀਤ ਨਹੀਂ ਕਰਦੇ ਉਨ੍ਹਾਂ ਚਿਰ ਸਾਡੇ ਪੱਲੇ ਕੁਝ ਨਹੀਂ ਪੈਣਾ। 41 ਬਚਨ ਵੀ ਕੰਮ ਵੀ ਜ਼ਰੂਰੀ ਹੋਣ ਤਾਂ ਪਿੱਛੇ ਪਾ ਦਿਆ ਕਰੋ, ਸਤਸੰਗ ਨਾ ਛੱਡੋ। 42 ਬਚਨ ਬੇਲੋੜੇ ਮੇਲ ਜੋਲ ਨੂੰ ਘੱਟ ਕਰੋ, ਆਪਣੀ ਉਸਤਤ ਸੁਣਨ ਤੋਂ ਬਚੋ। 43 ਬਚਨ ਗੁਰੂ ਨਾਲ ਪ੍ਰੇਮ ਕਰਨ ਵਾਲੇ ਨੂੰ ਨਾ ਕੋਈ ਜਿਉਂਦਿਆਂ ਨੁਕਸਾਨ ਪਹੁੰਚਾ ਸਕਦਾ ਹੈ ਨਾ ਹੀ ਮਰਨ ਤੋਂ ਬਾਅਦ। 44 ਬਚਨ ਮੇਰੀ ਮੇਰੀ ਕਰਦਾ ਬੰਦਾ ਮਰ ਜਾਂਦਾ, ਵਾਹਿਗੁਰੂ ਵਾਹਿਗੁਰੂ ਕਰਦਾ ਬੰਦਾ ਤਰ ਜਾਂਦਾ। 45 ਬਚਨ ਅਚੇਤ ਹੀ ਕੋਈ ਨਾ ਕੋਈ ਪਾਪ ਕਿਸੇ ਕੋਲੋਂ ਹੋ ਜਾਂਦਾ ਹੈ ਜਿਸ ਨੂੰ ਬਖਸ਼ਾਉਂਦੇ ਰਹਿਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।